जितनी फोटो आ रही है बहुत लेट थे। पिछा चलो अजर पिछा जा पिछा मड़े जा हाँ जी हाँ बलवंत पिछे ही बाबा जी गड्डी सर गड्डी कराई लेनी है जठू मेरे पीछे ही कमल कमल पीछे आया टेबल पीछे आए मड़े ओए प्रेस नोट खबर लग गई पिछले मड़े खुल जाओ आज पिछले आज चुप होया वीडियो चल रही तू ठीक है हाँ जी हाँ बिल्कुल अनाज मंडी पुलिस स्टेशन सानू बड़ी वधिया सफलता मिली है तुहानू जिवें पता भी पिछले दिनों तों SSP साहब दे दिशा निर्देशां हेठ पूरे पटियाला जिले के समाज विरोधी अंसरां के खिलाफ स्पैशल एक मुहिम चलाई गई है उहदे विच कल सानू अनाज मंडी थाने दे विच वड्डी सफलता मिली इत्थे असीं दो बंदे एक सतनाम सिंह सत्ता ते दूजा गुलजार सिंह गारी इन्हां दोनों नू अरैसट किया कल शामी इन्हां ते 20 नंबर मुकदमा बाई NDPS एक्ट दे विच दर्ज किया इन्हां तों करीब 39,000 गोलियां नशीली गोलियां बरामद होईआं ने इन्हां नू कल रात इन्हां नू मुकदमा दर्ज करके अरैसट कर लिया दोनों नू ਤੇ ਕਰੀਬ 39,000 ਗੋਲੀਆਂ ਇਹਨਾਂ ਤੋਂ ਬਰਾਮਦ ਹੋਈਆਂ ਨੇ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਕਿੱਥੋਂ ਰਹੇ ਸੀ ਕਿੱਥੇ ਵੇਚਦੇ ਸੀ ਇਹ ਵੇਚਣ ਦਾ ਕੰਮ ਸੀ ਇਹਨਾਂ ਦਾ ਕੀ ਕਰਦੇ ਸੀ ਪੰਜਾਬ ਤੋਂ ਬਾਹਰੋਂ ਲਿਆਂਦੇ ਸੀਗੇ ਸਾਨੂੰ ਪਤਾ ਲੱਗ ਗਿਆ ਕਿਸ ਜਗ੍ਹਾ ਤੋਂ ਅਸੀਂ ਹੁਣ ਉਹ ਜਗ੍ਹਾ ਤੇ ਅੱਗੇ ਫਾਰਵਰਡ ਬੈਕਵਰਡ ਲਿੰਕੇਜ ਕਨਸਰਨਡ ਬੰਦਿਆਂ ਨੂੰ ਸ਼ਾਮਲ ਤਫਤੀਸ਼ ਕਰਾਂਗੇ ਜਿਨ੍ਹਾਂ ਦਾ ਰੋਲ ਹੋਇਆ ਉਹਨਾਂ ਤੇ ਕਾਰਵਾਈ ਕਰਾਂਗੇ ਕਿੰਨੇ ਸਮੇਂ ਤੋਂ ਕਰ ਰਹੇ ਸੀ ਕਾਰੋਬਾਰ ਇਹ ਜਿਹੜਾ ਸਤਨਾਮ ਸਿੰਘ ਸੱਤਾ ਇਹ ਪਹਿਲਾਂ 2013 ਦੇ ਵਿੱਚ ਵੀ ਫੜਿਆ ਗਿਆ ਸੀਗਾ ਥਾਣਾ ਜੁਲਕਾਂ ਦੇ ਵਿੱਚ ਇਹਦੇ ਤੇ ਮੁਕੱਦਮਾ ਦਰਜ ਹੋਇਆ ਸੀ ਉਸ ਟਾਈਮ ਇਹਦੇ 6 ਨੰਬਰ ਮੁਕੱਦਮਾ 2013 ਦੇ ਵਿੱਚ ਥਾਣਾ ਜੁਲਕਾਂ ਦੇ ਵਿੱਚ ਦਰਜ ਹੋਇਆ ਸੀ ਉਹਦੇ ਵਿੱਚ ਇਹਨੂੰ ਸਜ਼ਾ ਵੀ ਹੋਈ ਸੀ ਕਿਸ ਕੇਸ ਸੀਗਾ ਕਿਸ ਕੇਸ ਸੀ ਉਹ ਵੀ ਇਤੋਂ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੀਆਂ ਦਵਾਈ ਦੀਆਂ ਸ਼ੀਸ਼ੀਆਂ ਮਿਲੀਆਂ ਸੀ ਉਹਦੇ ਵਿੱਚ ਇਹਨੂੰ 4-5 ਸਾਲ ਦੀ ਸਜ਼ਾ ਹੋਈ ਸੀ ਉਹਨੇ ਸਜ਼ਾ ਕੱਟ ਕੇ ਉਸ ਤੋਂ ਬਾਅਦ ਬਾਹਰ ਆਇਆ ਹੁਣ ਫੇਰੇ ਇਹ ਰੇਨਾਲਾ ਕਿਤੇ ਦਾ ਲੋਕਲ ਟੈਲ ਦੇ ਕਿਤੇ ਬਾਹਰ ਜਿਹੜਾ ਸਤਨਾਮ ਸਿੰਘ ਸੱਤਾ ਹੈ ਰਸੂਲਪੁਰ ਜੋੜਾ ਅਨਾਜ ਮੰਡੀ ਥਾਣੇ ਦੇ ਵਿੱਚ ਹੀ ਪਿੰਡ ਪੈਂਦਾ ਉੱਥੋਂ ਦਾ ਰਹਿਣ ਵਾਲਾ ਜਿਹੜਾ ਗੁਲਜਾਰ ਸਿੰਘ ਗਾਰੀ ਹੈ ਭਟੇੜੀ ਕਲਾਂ ਥਾਣਾ ਸਦਰ ਦੋਨੋਂ ਇਕੱਠੇ ਕਿਵੇਂ ਹੋਏ ਦੋਨੋਂ ਪਤਾ ਲੱਗਿਆ ਜਿਹਨੇ ਹੁਣ ਤੱਕ ਦੀ ਤਫਤੀਸ਼ ਤੋਂ ਗੱਲ ਸਾਹਮਣੇ ਆਈ ਹੈ ਪਿਛਲੇ 1-2 ਮਹੀਨਿਆਂ ਤੋਂ ਇਕੱਠੇ ਕੰਮ ਕਰ ਰਹੇ ਸੀ ਦੋਨੋਂ ਜਾਣੇ ਸਿਰਫ ਇਹ ਨਸ਼ਾ ਗੋਲੀ ਨਹੀਂ ਕਰਦੇ ਇਸ ਤੋਂ ਇਲਾਵਾ ਕੁਝ ਹੋਰ ਵੀ ਇਹਨਾਂ ਦਾ ਕੁਝ ਸੀਗਾ ਇਹ ਅਸੀਂ ਹੁਣ ਸਾਰਾ ਇਹਨਾਂ ਦਾ ਅੱਜ ਰਿਮਾਂਡ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਤੇ ਡਿਊਰਿੰਗ ਰਿਮਾਂਡ ਜਿਹੜੇ ਫੈਕਟ ਸਾਹਮਣੇ ਆਏ ਉਹਦੇ ਅਕੋਰਡਿੰਗ ਕਿੰਨੀ ਕੀ ਉਮਰ ਹੈ ਇਹਨਾਂ ਦੀਆਂ ਕੀ ਕਰਦੇ ਸੀ ਜਿਹੜਾ ਸਤਨਾਮ ਸਿੰਘ ਸੱਤਾ ਇਹ 30 ਸਾਲੇ ਦੀ ਉਮਰ ਹੈ ਇਹ ਪਹਿਲਾਂ ਬੱਸ ਕੰਡਕਟਰੀ ਕਰਦਾ ਸੀ ਬਟ ਹੁਣ ਅੱਜ ਕੱਲ੍ਹ ਵਿਹਲਾ ਜਿਹੜਾ ਗੁਲਜਾਰ ਸਿੰਘ ਗਾਰੀ ਹੈ ਇਹ ਆਟੋ ਚਲਾਉਂਦਾ ਇਹ ਸੀ ਨਾ ਇਹ ਹੁਣ ਫਾਰਵਰਡ ਲਿੰਕੇਜਿਸ ਦੇ ਵਿੱਚ ਇਹਨੂੰ ਵੈਰੀਫਾਈ ਕਰਾਂਗੇ ਵੀ ਕਿੰਨੀ ਦੇਰ ਤੋਂ ਲਿਆ ਕੇ ਕਿਹੜੇ ਬੰਦਿਆਂ ਨੂੰ ਦਿੰਦੇ ਸੀ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਵ ਹੋਏ ਉਹਨਾਂ 'ਤੇ ਅਸੀਂ ਕਾਰਵਾਈ ਕਰਾਂਗੇ ਸਹੀ ਇਹਨਾਂ ਦਾ ਨਾਮ ਕੀ ਹੈ ਕਿ ਗੋਲੀ ਦਾ
ਲੋਮੋਟਿਲ ਟੈਬਲੇਟ ਹੈ, ਲੋਮੋਟਿਲ 39,000 ਦੇ ਕਰੀਬ ਗੋਲੀ ਹੈ। ਠੀਕ ਠੀਕ।